ਸਮਾਜ ਸੇਵਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਜਿੰਦਰ ਸਿੰਘ ਕੰਗ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਆਪ ਸਭ ਨੂੰ ਪਤਾ ਹੈ ਕਿ ਜਿਹੜੀ ਪੰਚਾਇਤੀ ਚੋਣਾਂ ਹੈ ਉਹ ਬਿਲਕੁਲ ਸਿਖਰਾਂ 'ਤੇ, ਹਰ ਪਾਰਟੀ ਨੇ ਜਿਹੜੇ ਆਪਣੇ ਆਪਣੇ ਉਮੀਦਵਾਰ ਉਹ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ। ਅਤੇ ਤਕਰੀਬਨ ਤੁਹਾਨੂੰ ਜਾਣਕਾਰੀ ਦਿੱਤੀ ਸੀ ਮਾਝੇ ਬਾਰੇ, ਮਾਝੇ ਦੇ ਵਿੱਚ ਤਾਂ ਤਕਰੀਬਨ ਹੀ ਜਿਹੜੇ ਕੈਂਡੀਡੇਟ ਆ ਹਰ ਪਾਰਟੀ ਨੇ ਆਪਣੇ ਐਲਾਨ ਦਿੱਤੇ ਆ। ਅਤੇ ਅੱਜ ਅਸੀਂ ਇੱਕ ਦੁਆਬੇ ਦੇ ਪਿੰਡ ਵਿੱਚ ਪਹੁੰਚੇ ਹਾਂ, ਪਿੰਡ ਸੰਗੋਲਾ। ਇੱਥੋਂ ਦੇ ਸਰਦਾਰ ਸੁਖਜੀਤ ਸਿੰਘ ਜਿਹੜੇ ਮੌਜੂਦਾ ਸਰਪੰਚ ਆ, ਅਤੇ ਅੱਜ ਇਹਨਾਂ ਕੋਲ ਲੈਂਦੇ ਹਾਂ ਜੀ ਜਾਣਕਾਰੀ ਵੀ ਇਸ ਪਿੰਡ ਵਿੱਚ, ਇਸ ਦੁਆਬੇ ਵਿੱਚ ਕੀ ਚੱਲ ਰਿਹਾ ਇਲੈਕਸ਼ਨ ਦਾ। ਸਭ ਤੋਂ ਪਹਿਲਾਂ ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰਪੰਚ ਸਾਹਿਬ, ਆਪ ਜੀ ਨੂੰ ਪਤਾ ਕਿ ਜਿਹੜੀ ਸਰਪੰਚੀ ਦੀ ਇਲੈਕਸ਼ਨ ਆ ਬਿਲਕੁਲ ਸਿਖਰਾਂ 'ਤੇ ਆ, ਅਤੇ ਇਸ ਪਿੰਡ ਦੀ ਕੀ ਪੁਜੀਸ਼ਨ ਆ ਜੀ, ਪਾਰਟੀਆਂ ਨੇ ਉਮੀਦਵਾਰ ਐਲਾਨ ਦਿੱਤੇ ਆ? ਅਜੇ ਤਾਂ ਐਲਾਨੇ ਤਾਂ ਨਹੀਂ, ਅਸੀਂ ਤਾਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਹਾਂ ਜੀ, ਪਿਛਲੀ ਵਾਰ ਵੀ 5 ਸਾਲ ਕੀਤੇ ਆ ਪੂਰੇ ਜੀ, ਅਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਫਿਰ ਦੁਬਾਰਾ ਇਲੈਕਸ਼ਨ ਲੜਾਂਗੇ ਸਰਪੰਚੀ ਦੀ ਜੀ। ਅਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਜੀ, ਆਉਣ ਵਾਲੇ ਕਈ ਆਉਂਦੇ ਆ ਜੀ, ਰਾਤ ਨੂੰ ਖੜ੍ਹੇ ਹੁੰਦੇ, ਸਿਰ ਨੂੰ ਬਹਿ ਜਾਂਦੇ ਆ, ਅਤੇ ਅਜੇ ਤਾਂ ਕੋਈ ਸਾਹਮਣੇ ਨਹੀਂ ਆਇਆ ਵੀ ਜਿਹੜਾ ਸਾਡੇ ਮੁਕਾਬਲੇ 'ਚ ਆਉਣ ਵਾਲੇ। ਪਰ ਸਰ, ਆਪ ਜੀ ਨੂੰ 4-4.5 ਸਾਲ ਹੋ ਗਏ, ਆਪ ਜੀ ਨੂੰ ਪਤਾ ਹੋਵੇ 2-2.5 ਮਹੀਨੇ ਜਿਹੜੇ ਸਰਪੰਚ ਦੇ ਰਹਿ ਗਏ ਆ, ਅਤੇ ਕਿਸ ਤਰ੍ਹਾਂ ਦੀ ਸਰਪੰਚੀ ਲੰਘੀ ਜੀ? ਸਰਪੰਚੀ ਬਹੁਤ ਵਧੀਆ ਨਿਕਲੀ ਆ ਜੀ, ਬਹੁਤ ਸਾਰੇ ਭੈਣ ਭਰਾ ਸੰਯੋਗ ਪਿੰਡ ਤੋਂ ਵੀ ਮਿਲਿਆ ਜੀ, ਬਾਹਰੋਂ NRI ਨਾਲ ਮਿਲਿਆ ਵੀ, ਸਾਰੇ ਨੌਜਵਾਨਾਂ ਦਾ ਨਾਲ ਰਿਹਾ ਜੀ, ਬਹੁਤ ਵਧੀਆ ਕੰਮ ਕੀਤੇ ਆ ਜੀ, ਪੈਸੇ ਵੀ ਬਹੁਤ ਦਿੱਤੇ ਆ ਜੀ, ਅਤੇ ਪਰ ਕੰਮ ਵੀ ਬਹੁਤ ਵਧੀਆ ਸਾਡੇ ਹੋਏ ਆ ਜੀ। ਪਰ ਸਾਹਿਬ, ਆਪ ਜੀ ਦੇ ਪਿੰਡ ਵਿੱਚ ਕੋਈ ਸਕੂਲ, ਲਾਇਬ੍ਰੇਰੀ, ਡਿਸਪੈਂਸਰੀ? ਹਾਂਜੀ ਹੈਗੇ ਆ ਜੀ, ਲਾਇਬ੍ਰੇਰੀ 3 ਕਲਾਸ ਤਾਈਂ ਆ ਜੀ, ਲਾਇਬ੍ਰੇਰੀ ਹੈਗੀ ਕੋਈ? ਲਾਇਬ੍ਰੇਰੀ ਵੀ ਹੈਗੀ ਆ ਸਕੂਲ 'ਚ ਜੀ। ਹਾਂਜੀ, ਪਸ਼ੂਆਂ ਦਾ ਹਸਪਤਾਲ? ਨਹੀਂ ਜੀ, ਪਸ਼ੂਆਂ ਦਾ ਨੀਗਾ ਜੀ। ਠੀਕ ਹੈ, ਬਾਕੀ ਹਾਂਜੀ, ਬਾਕੀ ਆ ਸਾਡੇ ਪੰਚਾਇਤ ਘਰ ਬਣਿਆ ਹੁਣ ਨਵਾਂ ਜੀ, ਤੁਸੀਂ ਦੇਖਿਆ ਹੋਣਾ, ਪਿੰਡ ਸੰਗੋਇਲੇ ਜੀ ਸੁਵਿਧਾ ਸੈਂਟਰ ਸਾਰੇ ਬਣਿਆ ਜੀ, ਬਹੁਤ ਵਧੀਆ। ਕੋਈ ਸਾਡੇ 5 ਕਿੱਲੇ ਦੇ ਛੱਪੜ ਸੀਗਾ ਪਿੰਡ ਜੀ, ਸਾਰੇ ਭੈਣ ਭਰਾ ਸੰਯੋਗ ਦੇ ਨਾਲ ਸਾਰੀ ਛੱਪੜ ਪੂਰਿਆ, ਅਤੇ ਪੰਚਾਇਤ ਘਰ ਬਣਾਇਆ, ਸੇਵਾ ਕੇਂਦਰ ਬਣਿਆ ਜੀ, ਪਾਰਕ ਬਣੀ ਆ ਜੀ, ਹੋਰ ਵੀ ਬਹੁਤ ਚੀਜ਼ਾਂ ਬਣਾਉਣ ਵਾਲੀਆਂ ਜਿਹੜੀਆਂ ਰਹਿੰਦੀਆਂ ਜੀ, ਹੌਲੀ ਆਉਣ ਵਾਲੇ ਸਮੇਂ ਸਾਰੀਆਂ ਚੀਜ਼ਾਂ ਬਣਾਵਾਂਗੇ। ਸਰਪੰਚ ਸਾਹਿਬ, ਆਪ ਜੀ ਨੇ ਸੋਸ਼ਲ ਮੀਡੀਆ 'ਤੇ ਦੇਖਿਆ ਹੋਇਆ ਕਿ ਅੱਜ ਕੱਲ੍ਹ ਨਸ਼ੇ ਦੀ ਲਪੇਟ ਵਿੱਚ ਆ ਕੇ ਜਿਹੜੇ ਮਾਵਾਂ ਦੇ ਪੁੱਤ ਬਹੁਤ ਮਾਰ ਰਹੇ ਨੇ, ਤੁਹਾਡੇ ਪਿੰਡ 'ਚ ਵੀ ਇੱਦਾਂ ਦੀ ਸ਼ਿਕਾਇਤ ਹੈ ਜੀ ਕੋਈ? ਸਰ, ਹੈਗੀ ਸੀ ਪਹਿਲਾਂ ਜੀ, ਅਤੇ ਹੁਣ ਤਾਂ ਚਲੋ ਮਹਾਰਾਜ ਦੀ ਬਹੁਤ ਕਿਰਪਾ ਹੈ ਜੀ, ਹੁਣ ਤਾਂ ਕੋਈ ਟਾਵਾਂ ਹੀ ਰਹਿ ਗਿਆ ਜੀ, 2-4% ਹੀ ਕਦੇ ਹੋਊਗਾ, ਅੱਬਲ ਤਾਂ ਉਹ ਵੀ ਘੱਟ ਗਿਆ ਮਹਾਰਾਜ ਦੀ ਕਿਰਪਾ ਨਾਲ, ਸਾਰੇ ਭੈਣ ਭਰਾ ਸੰਯੋਗ ਨਾਲ ਹੀ ਘਟਿਆ ਜੀ, ਜੇ ਮੈਂ ਕਹਾਂ ਮੈਂ ਇਕੱਲੇ ਨੇ ਹਾਂ, ਇਕੱਲੇ ਨੇ ਕੋਈ ਨਹੀਂ, ਸਾਰੇ ਭੈਣ ਭਰਾ ਸੰਯੋਗ ਦੇ ਨਾਲ ਸਾਰਿਆਂ ਦੀ ਮਿਹਨਤ ਕੀਤੀ, ਘਰ ਘਰ ਜਾ ਕੇ ਵੀ ਆਪਾਂ ਕੰਮ ਨਹੀਂ ਕਰਨਾ, ਚਲੋ ਸਾਰਿਆਂ ਨੇ ਕਹਿਣਾ ਸਾਡਾ ਮੰਨਿਆ, ਅਤੇ ਸਾਰੇ ਵੀ ਬਹੁਤ ਘੱਟ ਗਿਆ ਹੁਣ ਜੀ ਅੱਗੇ ਨੂੰ। ਸਰਪੰਚ ਸਾਹਿਬ, ਅਸੀਂ ਸੁਣਿਆ ਜੀ ਪਿੰਡ ਦੇ ਵਿੱਚ ਬਹੁਤ ਵਧੀਆ ਤੁਸੀਂ ਸਮਾਜ ਸੇਵਕ ਵੀ ਹੋ, ਕਿਹੜੇ ਕਿਹੜੇ ਪਿੰਡ ਵਿੱਚ ਅੱਜ ਤੁਸੀਂ ਸਮਾਜ ਸੇਵਕ ਦੇ ਜਿਹੜੇ ਕੰਮ ਕੀਤੇ ਆ ਜੀ? ਦੇਖੋ ਜੀ, ਪਹਿਲੀ ਗੱਲ ਤਾਂ ਅਸੀਂ ਆਪਣੇ ਪਿੰਡ ਦੇ ਹੀ, ਕੋਈ ਗਰੀਬ ਘਰ ਦੀ ਧੀ ਆ, ਕੋਈ ਬੱਚਾ ਵਾ, ਕਿਤੇ ਵੀ ਕੋਈ ਲੋੜਵੰਦ ਆ, ਕਿਤੇ ਵੀ ਸਾਨੂੰ ਕੋਈ ਆਵਾਜ਼ ਮਾਰਦਾ, ਅਸੀਂ ਦਿਨ ਨਾ ਰਾਤ ਦੇਖੀ ਦੀ ਆ ਜੀ, ਭੱਜ ਕੇ ਜਾਈਦਾ, ਉਹਦੇ ਆਪਣੇ ਦੁੱਖ ਸਮਝ ਕੇ ਅਗਲੇ ਦਾ ਦੁੱਖ ਵੰਡਾਈਦਾ ਨਾਲ ਜੀ। ਅਤੇ ਬਾਕੀ ਦੂਜੀ ਗੱਲ ਇਹ ਆ ਜੀ, ਵਿਕਾਸ ਦੀ, ਸਾਡੇ 1.5 ਕਿਲੋਮੀਟਰ ਡੇਰੇ 'ਤੇ ਲੋਕ ਘਰ ਬੈਠੇ ਸੀਗੇ, ਕੱਚੇ ਰਸਤੇ ਸੀਗੇ, ਸਾਰੇ ਅਸੀਂ ਪੱਕੇ ਕਰਾਏ ਆ ਜੀ, ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਪੈਸੇ ਦਿੱਤੇ ਆ ਜੀ, ਅਤੇ ਅਸੀਂ ਸਾਰੇ ਰਸਤੇ ਪੱਕੇ ਕਰਾਏ ਆ ਜੀ, 24 ਘੰਟੇ ਬਿਜਲੀ ਕਰਾਉਣ ਵਾਲੀ ਸਾਰੀ ਉਹ ਵੀ ਡੇਰਿਆਂ 'ਤੇ ਕਰਾਈ ਆ ਜੀ। ਕੋਈ ਇਹੋ ਜਿਹਾ ਵਿਕਾਸ ਆ ਸਾਡੇ ਹੁਣ 5 ਸਾਲਾਂ ਦੇ ਆਉਣ ਵਾਲਾ ਜਿਹੜਾ ਜੀ, ਅਸੀਂ ਸਭ ਤੋਂ ਪਹਿਲਾਂ ਸੀਵਰੇਜ ਦਾ ਕਰਨਾ ਜੀ, ਸੀਵਰੇਜ ਇੰਟਰਲੋਕ ਅਸੀਂ ਆਪਣੇ ਪਿੰਡ ਦੇ ਸਾਰੇ ਕੁਛ ਲੱਗ ਗਏ ਆ ਜੀ, ਕੁਛ ਸੀਵਰੇਜ ਪੈ ਗਿਆ, ਕੋਈ ਜਿਹੜਾ ਰਹਿੰਦਾ ਆਉਣ ਵਾਲੇ 5 ਸਾਲਾਂ 'ਚ ਪਹਿਲ ਦੇ ਆਧਾਰ 'ਤੇ ਕਰਾਉਣਾ ਜੀ ਕੰਮ। ਬਹੁਤ ਬਹੁਤ ਸ਼ੁਕਰਗੁਜ਼ਾਰ ਜੀ।